ਹਾਜ਼ਰੀ ਭਰਨ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਹਾਜ਼ਰਾ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਬਾਬਾ ਏ ਕੌਮ ਮਰਦੇ ਮੁਜ਼ਾਹਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਨਮ ਭੂਮੀ ਜਿੱਥੇ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਜਿਸ ਦਿਨ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਵਾਰਸ ਪੰਜਾਬ ਦੇ ਜਥੇ ਦੀ ਮੁਖੀ ਦੇ ਦਸਤਾਰਬੰਦੀ ਹੋਈ ਹੈ। ਆਪਾਂ ਪਿਛਲੇ ਦਿਨਾਂ ਤੋਂ ਵੇਖ ਰਹੇ ਹਾਂ ਸਾਧ ਸੰਗਤ ਜੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਆਵਾਜ਼ ਦੇ ਉੱਪਰ ਹਜ਼ਾਰਾਂ ਨੌਜਵਾਨ ਸਿੱਖ ਨਸ਼ੇ ਨੂੰ ਛੱਡ ਕੇ ਪਤਤਪਣੇ ਨੂੰ ਛੱਡ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਜੋ ਖਾਲਸੇ ਦੀ ਜਨਮ ਭੂਮੀ ਹੈ ਉੱਥੇ ਗੁਰੂ ਨੂੰ ਆਪਣਾ ਸਿਰ ਭੇਟ ਕੀਤਾ ਹੈ। ਹੁਣ ਤੱਕ ਕਿੰਨੀ ਲੀਡਰਸ਼ਿਪ ਸਾਡੀ ਸਿੱਖ ਕੌਮ ਦੀ ਹੈ ਆਪਣੇ ਦਿਲਾਂ 'ਤੇ ਹੱਥ ਰੱਖ ਕੇ ਤੁਸੀਂ ਸੋਚਿਓ ਅਨੈਲਿਸਿਸ ਕਰਿਓ ਕਿ ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਵਿਦੇਸ਼ ਦੀ ਧਰਤੀ ਤੋਂ ਆ ਕੇ ਇੱਥੋਂ ਤਾਂ ਪੰਜਾਬ ਦੀ ਧਰਤੀ ਤੋਂ ਵਿਦੇਸ਼ ਦੀ ਧਰਤੀ ਨੂੰ ਭੱਜਦੇ ਨੇ ਪਰ ਪੰਜਾਬ ਦਾ ਦਰਦ ਹਿਰਦੇ ਦੇ ਵਿੱਚ ਵੇਖ ਕਰਕੇ ਕਿ ਠੀਕ ਇਸੇ ਸਮੇਂ ਦੇ ਉੱਪਰ ਜਦੋਂ ਮੈਂ ਉਹਨਾਂ ਸਮਿਆਂ ਦੀ ਵੀ ਗੱਲ ਕਰਦਾ ਜਦੋਂ ਸਾਡੇ ਤਖ਼ਤਾਂ ਦੇ ਸੱਤ ਸੱਤ ਜਥੇਦਾਰ ਸੀ ਪਰ ਕੌਮ ਫਿਰ ਆਗੂਹੀਣੀ ਸੀ, ਆਗੂਹੀਣੀ ਕੌਮ ਸੀ। ਕੋਈ ਸਹੀ ਦਿਸ਼ਾ ਨਿਰਦੇਸ਼ ਨੌਜਵਾਨਾਂ ਨੂੰ ਨਹੀਂ ਸੀ ਦੇ ਰਿਹਾ। ਸੋ ਬਾਜਾਂ ਵਾਲੇ ਸਤਿਗੁਰਾਂ ਨੇ ਸਾਡੇ 'ਤੇ ਰਹਿਮਤ ਕੀਤੀ ਹੈ ਕਿ ਸਾਡੀ ਝੋਲੀ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰਨ ਵਾਸਤੇ, ਪੰਜਾਬ ਦੀ ਅਗਵਾਈ ਕਰਨ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ, ਖਾਲਸਾ ਜੀ ਨੂੰ ਪੰਥ ਦੀ ਝੋਲੀ ਪਾਇਆ। ਸਟੇਜ 'ਤੇ ਬਿਰਾਜਮਾਨ ਸਾਡੇ ਸਿੰਘ ਸਾਹਿਬ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਜੀ ਰੋਡੇ, ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸੰਗਰਾਵਾਂ ਵਾਲੇ ਮੁਖੀ ਦਮਦਮੀ ਟਕਸਾਲ ਦੇ ਉਹਨਾਂ ਦੇ ਫਰਜ਼ੰਦ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਗਿਆਨੀ ਸਿਮਰਜੀਤ ਸਿੰਘ ਜੀ ਮਾਨ 71 ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਕਿਉਂਕਿ ਮੈਂ ਵੀ ਸ਼ਹੀਦਾਂ ਦੇ ਨਗਰ ਦਾ, ਮੇਰੀ ਭੈਣ ਬਲਵਿੰਦਰ ਕੌਰ ਹੁਣੇ ਹੁਣੇ ਆਈ ਹੈ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਨਗਰ ਤੋਂ ਮੈਂ ਦਸਤਾਰ ਲੈ ਕੇ ਆਇਆ ਸੀ, ਭੈਣ ਜੀ ਪਰਿਵਾਰ ਵੱਲੋਂ ਦਸਤਾਰ ਲੈ ਕੇ ਆਏ ਨੇ। ਮੈਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਇੱਕ ਗੁਰੂ ਦਾ ਨਿਮਾਣਾ ਜਿਹਾ ਪ੍ਰਚਾਰਕ ਹੋਣ ਦੇ ਨਾਤੇ, ਕਿ ਜਿਹੜੀ ਅੱਜ ਤੁਹਾਡੇ ਸਿਰ 'ਤੇ ਪੱਗ ਬੱਝੀ ਹੈ ਨਾ, ਦਸਤਾਰ ਬੱਝੀ ਹੈ, ਇਹ ਹਰ ਉਸ ਪੰਜਾਬ ਦੀ ਖਾਤਰ, ਸਿੱਖ ਕੌਮ ਦੀ ਖਾਤਰ ਸ਼ਹੀਦ ਹੋਣ ਵਾਲੇ ਸ਼ਹੀਦ ਦੀ ਹੈ, ਹਰ ਉਸ ਸ਼ਹੀਦ ਦੇ ਪਰਿਵਾਰ ਦੀ ਹੈ ਜਿਹੜਾ ਅੱਜ ਵੀ ਸ਼ਹੀਦਾਂ ਦਾ ਇਨਸਾਫ ਲੈਣ ਲਈ ਉਡੀਕ ਰਿਹਾ ਹੈ, ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਮ 'ਤੇ ਕਰੋੜਾਂ ਰੁਪਈਆ ਫੰਡ ਇਕੱਠਾ ਕਰਕੇ, ਪਰ ਅੱਜ ਵੀ ਉਹਨਾਂ ਦੀਆਂ ਮਾਵਾਂ ਜਿਹੜੀਆਂ ਨੇ, ਉਹਨਾਂ ਦੇ ਪਰਿਵਾਰ ਜਿਹੜੇ ਨੇ ਰੋਲ ਰਹੇ ਨੇ, ਇਹ ਦਸਤਾਰ ਉਹਨਾਂ ਦੀ ਹੈ। ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਦਸਤਾਰ ਦੇ ਨਾਲ ਅਸੀਸਾਂ ਉਹਨਾਂ ਦੀਆਂ ਨੇ ਜਿਹੜੇ ਬਹਿਬਲ ਕਲਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਗੋਲੀਆਂ ਦੇ ਨਿਸ਼ਾਨੇ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ, ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਦਾ ਇਨਸਾਫ ਮੰਗਦੇ ਹਰ ਉਸ ਗੁਰਸਿੱਖ ਮਾਈ ਬੀਬੀ ਬਜ਼ੁਰਗ ਬੱਚੇ ਦੀ ਹੈ। ਔਰ ਮੈਂ ਬੇਨਤੀ ਕਰਦਾ ਕਿ ਭਾਈ ਅੰਮ੍ਰਿਤਪਾਲ ਸਿੰਘ, ਸਮੁੱਚੀ ਕੌਮ ਨੂੰ ਤੇਰੇ 'ਤੇ ਬਹੁਤ ਉਮੀਦਾਂ ਨੇ, ਬੜੇ ਬੜੇ ਲੀਡਰ ਆਏ ਥਿੜਕ ਗਏ ਔਰ ਲੈ ਕੇ ਨਿਸ਼ਾਨਾ ਆਉਂਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਪਰ ਜਿਸ ਪ੍ਰਚਾਰ ਦੇ ਪ੍ਰਸਾਰ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਜ ਸ਼ਹੀਦਾਂ ਦੀ ਧਰਤੀ ਤੋਂ ਆਗਾਜ਼ ਕੀਤਾ, ਇਸ ਨੂੰ ਕਦੀ ਨਿਰਾਸ਼ ਨਾ ਹੋਣ ਦੇਣਾ।
ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਭਾਈ ਅੰਮ੍ਰਿਤਪਾਲ ਸਿੰਘ ਦੀ ਸਮੁੱਚੀ ਜਥੇਬੰਦੀ ਵਾਰਸ ਪੰਜਾਬ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਅਖੀਰ 'ਤੇ ਮੈਂ ਕਹਿੰਦਾ ਜਾਵਾਂਗਾ ਇੱਕ ਸੱਦਾ ਦੇ ਕੇ ਕਿ 9 ਅਕਤੂਬਰ ਨੂੰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਨਗਰ ਗਦਲੀ ਬਰਸੀ ਪਰਿਵਾਰ ਵੱਲੋਂ ਮਨਾਈ ਜਾਂਦੀ ਹੈ, ਆਪ ਜ਼ਰੂਰ ਸ਼ਿਰਕਤ ਕਰਿਓ। ਸ਼ਹੀਦ ਹੋ ਗਏ ਦੀਪ ਸਿੱਧੂ ਜੀ ਔਰ ਅਨੇਕਾਂ ਸ਼ਹੀਦ ਹੋ ਗਏ, ਕੋਈ ਗੱਲ ਨਹੀਂ, ਹਰ 10 ਸਾਲ ਬਾਅਦ ਸਿੱਖੀ ਦਾ ਬੂਟਾ ਖੂਨ ਮੰਗਦਾ। ਪਰ ਇੱਕ ਸ਼ਾਇਰ ਲਿਖਦਾ ਕਹਿੰਦਾ, ਤੈਨੂੰ ਖੁਦਾ ਨੇ ਦਿੱਤੀ ਬਾਦਸ਼ਾਹੀ, ਬਾਹਾਂ ਸਾਡੀਆਂ 'ਚ ਬਾਹੂ ਬਲ ਦਿੱਤਾ, ਤੂੰ ਉਹਦੀ ਮਖਲੂਕ ਦਾ ਨਾਸ ਕੀਤਾ, ਤੇਰੇ ਨਾਸ ਨੂੰ ਅਸਾਂ ਉਥਲ ਦਿੱਤਾ, ਸਾਡੇ ਡਰਾਂ ਤੇ ਹੁੰਦੀ ਹੈ ਦੀਪਮਾਲਾ, ਸਾਡੇ ਮੇਲੇ ਸ਼ਹੀਦਾਂ ਦੇ ਲੱਗਣੇ ਨੇ। ਇਹ ਗੱਲ ਉਹਦੇ ਵਾਸਤੇ ਹੈ ਜਿਹੜਾ ਸਿੱਖੀ ਦਾ ਦੁਸ਼ਮਣ ਹੈ, ਤੇਰੀ ਕਬਰ ਵੱਲ ਕਿਸੇ ਝਾਕਣਾ ਨਹੀਂ, ਨਾ ਹੀ ਹਸ਼ਰ ਤੀਕ ਦੀਵੇ ਜਗਣੇ ਨੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਸਮਾਂ ਦੇ ਕੇ ਨਿਵਾਜਿਆ। ਆਓ ਇੱਕ ਬੁਲੰਦ ਆਵਾਜ਼ ਵਿੱਚ ਨਾਰਾ ਗੁਰੂ ਦੇ ਗੋਦ ਵਿੱਚ ਬੈਠ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਤੀਸ ਦੇ ਰੂਪ ਵਿੱਚ ਦਈਏ। ਬੋਲੇ ਸੋਨਿਆਰ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਉਹਨਾਂ ਵੱਲੋਂ ਮੈਨੂੰ ਹੁਕਮ ਹੋਇਆ ਸੀ ਹਾਜ਼ਰੀ ਲਵਾਉਣ ਦਾ, ਆਪ ਦੁਸਹਿਰੇ ਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਗਏ ਨੇ। ਬੁਲਾਓ ਫਤਿਹ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।